ਅਸਲਾਮ ਵਾਲੇਕੁਮ ਸੱਜੜੋ ਅਤੇ ਵੀਰਾਵੋ, ਅੱਜ ਦਾ ਵਲੋਗ ਕਰਨ ਤੋਂ ਸ਼ੁਰੂ। ਅੱਜ ਦੇ ਵਲੋਗ ਸਿਰਫ ਗੱਲ ਹੀ ਹਨ ਈਦ ਦੇ ਬਾਅਦ, ਅੱਜ 10 ਜਿਹੜੇ ਬਾਅਦ ਅੱਜ ਵਲਾ ਵੀਡੀਓ ਬਣਦੇ ਪਿਓ। ਈਦ ਤੋਂ ਕੁਝ ਕਰਨ ਵਾਸਤੇ ਹਾਂ ਕਿ ਨਾ, ਪਹਿਲੇ ਜਿਹੜੇ ਵੀਡੀਓ ਬੜੀਏ ਸੇ, ਬਾਕੀ ਦੂ ਜਿਹੜੇ ਸੁਮ ਤੋਂ ਗੁਜ਼ਾਰੇ ਸੇ, ਪਹਿਲੇ ਜਿਹੜੇ ਚਿਰਾਂ ਕੁਝ ਕੀਤੇ ਸੇ ਉਹ ਤੁਹਾਨੂੰ ਦਿਖਾਇਆ ਸੇ। ਉਹਦੇ ਬਾਅਦ ਈਦ ਦੇ ਬਾਅਦ ਦੂਸਰੇ ਜਿਹੜੇ ਬਾਅਦ ਮੈਂ ਚਲਾ ਗਿਆ ਭਾਵਲਪੁਰ, ਉੱਥਾਂ ਹੀ ਘਰ ਕੀਤਾ ਹੋਇਆ, ਉੱਥਾਂ ਕਿ ਦੂਸਰਾ ਜਿਹੜੇ ਉੱਥਾਂ ਲੱਗ ਗਏ। ਉਹਦੇ ਮੈਂ ਗਿਆ ਹੋਇਆ ਫੈਮਲੀ ਨਾਲ, ਹੀ ਵਾਸਤੇ ਉੱਥੇ ਮੈਂ ਵੀਡੀਓ ਹੀ ਨਾ ਬਣਾ ਸਕਦਾ, ਉੱਥੇ ਵੀਡੀਓ ਨਹੀਂ ਬਣਾ ਸਕਿਆ। ਵੱਲ ਹੁਣ ਇੱਕ ਦੂ ਜਿਹੜੇ ਪਹਿਲੇ ਮੈਂ ਵਾਪਸ ਆਇਆ, ਆਏ ਵਾਲਾ 10 ਜਿਹੜੇ ਬਾਅਦ ਯੂਟਿਊਬ ਕੋ ਵਲਾ ਸ਼ੁਰੂ ਕਰਨ ਦੇ ਪਿਓ, 10 ਜਿਹੜੇ ਬਾਅਦ ਵੀਡੀਓ ਆਉਂਦੀ ਪਈ। ਹੀ ਵਾਸਤੇ ਇਹ ਵੀਡੀਓ ਇਤਨੀ ਲੇਟ ਥੀ ਗਈ ਤੁਹਾਡੇ ਆਪਣਾ ਕੰਟੀਨਿਊਸਲੀ 2-3 ਜਿਹੜੇ ਬਾਅਦ ਇੱਕ ਵੀਡੀਓ ਆਉਂਦੀ ਪਈ। ਇਨਸ਼ਾਅੱਲਾ ਹੁਣ ਅੱਗੇ ਤਾਂ ਮੈਂ ਆਉਣ ਪਏ ਹੋਏ ਸਨ, ਤਾਂ ਅਸੀਂ ਅੱਜ ਦੀ ਵੀਡੀਓ 'ਤੇ ਜਿਹੜਾ ਮੇਨ ਮਕਸਦ ਹੈ ਨਾ, ਉਹ ਇਹ ਦੱਸਣ ਵਾਸਤੇ ਮੈਂ ਤੁਹਾਨੂੰ ਬਣਦਾ ਪਿਆ ਕਿ ਮੈਂ ਯੂਟਿਊਬ ਐਜ਼ ਅ ਵਲੋਗਰ ਕਿਉਂ ਸ਼ੁਰੂ ਕੀਤਾ, ਵੀ ਕੈਟਾਗਰੀ ਮੈਂ ਯੂਟਿਊਬ 'ਤੇ ਕਿਉਂ ਕਹਿਣ ਚੂਜ਼ ਕੀਤੀ। ਐਜ਼ ਅ ਵਲੋਗਰ ਸੀ ਮੈਂ ਹੀ ਵਾਸਤੇ ਚੂਜ਼ ਕੀਤਾ ਕਿ ਜਿਹੜਾ ਮੈਂ ਯੂਟਿਊਬ ਦੇਖਣ ਸ਼ੁਰੂ ਕੀਤੀ ਹਮ ਨਾ, ਅੱਜ ਤੋਂ ਤਕਰੀਬਨ 3-4 ਸਾਲ ਪਹਿਲੇ, ਉਹ ਟਾਈਮ ਬਸ ਜ਼ਹਿਨ ਪੜ ਗਿਆ ਕਿ ਵਲੋਗਿੰਗ ਸਟਾਰਟ ਕਰੇ ਸੋ। ਵਾਲੀ ਮੈਂ ਇਰਫਾਨ ਜੁਨੇਜੋ ਦੀ ਕਿੰਗ ਆਫ ਵਲੋਗਿੰਗ ਇਨ ਪਾਕਿਸਤਾਨ ਆ ਗਿਆ, ਉਹਦੇ ਵਲੋਗਸ ਦੇਖਦੇ ਹਮ ਬੜੀ ਚਾਹ ਸਮਝੀ। ਇੱਕ ਵਲੋਗ ਹੁੰਦਾ ਦੂ 3-3 ਦਫ਼ਾ ਦੇਖਦਾ ਹਮ, ਬਸ ਉੱਥੋਂ ਵੀ ਇੰਸਪਾਇਰ ਥੀ ਗਮ ਕਿ ਹਾਂ ਬਈ ਹੁਣ ਵਲੋਗਿੰਗ ਸਟਾਰਟ ਕਰਨੀ ਹੈ। ਉਹ ਇਰਫਾਨ ਜੁਨੇਜੋ ਖੁਦ ਹੀ ਮੋਟੀਵੇਟ ਕਰਦਾ ਰਹਿ ਪੈਂਦਾ ਕਿ ਬਈ ਵਲੋਗਿੰਗ ਸਟਾਰਟ ਕਰੋ। ਅੱਛਾ ਸੀ ਜਰਾ, ਮੈਂ 9th ਕਲਾਸ ਵਿੱਚ ਹਮਨਾ, ਮੈਂ ਜ਼ਹਿਨ ਬਣਾਇਆ ਬਈ 9th ਦੇ ਪੇਪਰ ਦੇਤਨਾ ਵਲੋਗਿੰਗ ਲਾਜ਼ਮੀ ਸਟਾਰਟ ਕਰਨੀ ਹੈ, ਲਾਜ਼ਮੀ। ਅੱਛਾ ਸੀ 9th ਦੇ ਪੇਪਰ ਦੇਗੀ ਦੋਸੇ, ਉਹ ਵਲੋਗਿੰਗ ਸਟਾਰਟ ਨਾ ਸੀ। ਟਾਈਮ ਗੁਜ਼ਰਦਾ ਗੁਜ਼ਰ ਗਿਆ, ਇਵੇਂ 10th ਗੁਜ਼ਰ ਗਈ, 10th ਦੇ ਜਰਾ ਪੇਪਰ ਹਮਨਾ ਮੇਰੇ, ਮੈਂ ਹੁਣ ਜਿਹੜੇ ਜ਼ਹਿਨ ਬਣਾਇਆ ਕਿ 10th ਦਾ ਪੇਪਰ ਜਿਹੜੇ ਮੁਕਦਾ ਪਿਆ ਨਾ, ਹੁਣ ਬਿਲਕੁਲ ਅਗਲੇ ਜਿਹੜੇ ਹੀ ਵਲੋਗਿੰਗ ਸਟਾਰਟ ਥੀਂਦੀ ਪਈ। ਮੈਂ ਆਪਣੇ ਕਜ਼ਨ ਉਸਮਾਨ ਨਾਲ ਰਾਬਤਾ ਕੀਤੇ, ਜੋ ਬਈ ਮੇਰੇ ਕੋਲ ਸਕ੍ਰਿਪਟ ਚਾਹੀਦੀ ਹੈ ਇੰਟਰੋਡਕਸ਼ਨ ਵਲੋਗ ਵਾਸਤੇ, ਕਿਆ ਕਿਆ ਆਖਾਂ। ਉਹ ਕੋਈ ਯੂਟਿਊਬ ਸਟਾਰਟ ਕਰਨ ਦਾ ਬੜਾ ਸ਼ੌਕ ਹੈ, ਇਨਸ਼ਾਅੱਲਾ ਉਹ ਵੀ ਯੂਟਿਊਬ 'ਤੇ ਹਮਸੇ। ਬਸ ਵਾਲਾ ਦੂਸਰੇ ਜਿਹੜੇ ਮੇਰੇ ਕੋਲ ਨਾ ਥੋੜ੍ਹੀ ਆਈਡੀਆ ਦੇ ਦਿੱਤੇ, ਜੋ ਇਹ ਇੰਟਰੋਡਕਸ਼ਨ ਵਲੋਗ ਬਣਾਉਣਾ, ਵਾਲੂ ਕੋ ਆਖਿਆ ਬਈ ਆਪ ਵੀ ਜਿਹੜੇ ਜੋ ਵੀਡੀਓ ਬਣਾਉਂ ਆਪਾਂ। ਵਾਲੀ ਮੈਂ ਟਾਈਮ ਗੁਜ਼ਰਦਾ ਗੁਜ਼ਰ ਗਿਆ, ਹਫ਼ਤਾ ਖਾਨ ਗੁਜ਼ਰ ਗਿਆ, ਵਾਲ ਹੈ ਜਿਹੜੇ ਆਸ ਮਗਰਬ ਦੀ ਨਮਾਜ਼ 'ਤੇ ਇਕੱਠੇ, ਵਾਲ ਮੈਂ ਉਹ ਪਕੜੀ ਆਇਆ, ਮੈਂ ਜੋ ਯਾਰ ਅੱਜ ਵੀਡੀਓ ਬਣਾਉਂ, ਇਵੇਂ ਸੋਚਦੇ ਰਹੇ ਵੈਸ ਬਰਥਡੇ ਕਰਾਂ ਵੀਡੀਓ। ਬਸ ਵੱਲ ਗਿੱਧਿਆ ਆ, ਟ੍ਰਾਈਪੋਡ ਚਾਹਤੇ ਸੇ, ਕੈਮਰਾ ਚਾਹਤੇ ਸੇ, ਪਹਿਲੀ ਵੀਡੀਓ ਇੱਕ ਮੈਮ ਦੇ ਸਾਹਮਣੇ ਬਣੇ ਹੋਏ ਚੰਗਾ ਨਾ ਲੱਗਦਾ। ਵੱਲ ਉੱਤੇ ਇਹ ਮੇਰਾ ਘਰ ਬਣਦਾ ਪਿਆ, ਵੱਲ ਇੱਥੇ ਹੀ ਆ ਬੈਠੋ, ਪਹਿਲੀ ਵੀਡੀਓ ਇੱਥੇ ਹੀ ਸ਼ੂਟ ਕੀਤਾ ਸੇ। ਪਹਿਲੀ ਵੀਡੀਓ 'ਚ ਹੈ 2 ਮਸਲੇ, ਕੈਮਰੇ ਨਾਲ ਬੜਈਆ ਸੇ, ਇੱਕ ਤਾਂ ਆਟੋ ਫੋਕਸ ਕਰਨਾ, ਦੂਜਾ ਔਰ ਕੈਮਰਾ ਬਿਨਾਂ ਨਾ ਬੁੱਢਾ ਸੀ ਗਏ, ਉਹ ਨੋਇਸ ਚੰਗੀ ਆ ਗਈ, ਜਿਹਦੀ ਵਜ੍ਹਾ ਤੋਂ ਪਹਿਲੀ ਵੀਡੀਓ ਦੀ ਕੁਆਲਿਟੀ ਸਹੀ ਨਾ ਆਈ, ਵਾਇਸ ਕੁਆਲਿਟੀ ਵੀ ਸਹੀ ਨਾ ਆਈ, ਵੀਡੀਓ ਕੁਆਲਿਟੀ ਵੀ ਸਹੀ ਨਾ ਆਈ। ਵੱਲ ਜ਼ਹਿਨ ਬਣਾਇਆ ਜੋ ਬਈ ਅਗਲੀਆਂ ਵੀਡੀਓ ਜਿਹੜੀਆਂ ਹੋ ਸਨ ਨਾ, ਉਹ ਮੋਬਾਈਲ 'ਤੇ ਬਣੇ ਸਾਂ। ਵੱਲ ਹੁਣ ਅਗਲੀਆਂ ਇੱਕਿਆਂ ਵੀਡੀਓ ਮੇਰਾ ਮੋਬਾਈਲ 'ਤੇ ਬਣੀਆਂ, ਅੱਜ ਵਾਲੀ ਵੀਡੀਓ ਵੀ ਮੋਬਾਈਲ 'ਤੇ ਬਣਦੀ ਪਈ, ਅੱਗੇ ਤਾਂ ਜਿਤਨੀਆਂ ਵੀਡੀਓ ਸਨ ਉਹ ਵੀ ਮੋਬਾਈਲ 'ਤੇ ਬਣ ਸਨ। ਗਰਮੀਆਂ ਆ ਗਈਆਂ, ਪਸੀਦਾ ਬੜਾ ਆਉਂਦੇ ਮੇਰੇ ਕੋਲ ਐਂ। ਬਸ ਇਵੇਂ ਯੂਟਿਊਬ ਸ਼ੁਰੂ ਥੀ ਗਈ, ਕੁਝ ਇਰਫਾਨ ਜੁਨੇ ਜਦੋਂ ਇੰਸਪਾਇਰ ਥੀ ਤਾਂ ਵਲੋਗਿੰਗ ਸਟਾਰਟ ਕੀਤੀ, ਅਸਾਂ ਕੁਝ ਖੁਦ ਕੁ ਸ਼ੌਂਕ ਆ। ਅੱਛਾ ਸੀ, ਇਹ ਹੀ ਮੇਰੀ ਕਹਾਣੀ ਕਿ ਯੂਟਿਊਬ 'ਤੇ ਐਜ਼ ਅ ਵਲੋਗਰ ਮੈਂ ਕਿਉਂ ਆਇਆ। ਤੁਹਾਂ ਲੋਕ ਬਹੁਤ ਬਹੁਤ ਪਿਆਰ ਦਿੱਤੇ, ਅੱਗੇ ਤਾਂ ਇਵੇਂ ਦਿੰਦੇ ਰਹੇ ਵੈਸੋ। ਅੱਛਾ ਸੀ, ਇੱਕ ਰਿਕੁਐਸਟ ਹੈ ਕਿ ਮੇਰੀ ਵੀਡੀਓ ਤੁਹਾਨੂੰ ਕਮੈਂਟ ਜ਼ਰੂਰ ਕੀਤਾ ਕਰੋ, ਆਪਣੀ ਰਾਏ ਜ਼ਰੂਰ ਦਿੱਤੀ ਕਰੋ ਕਿ ਮੇਰੀ ਵੀਡੀਓ 'ਚ ਕਿਆ ਕਮੀ ਕੁਥਈ ਹੈ, ਕਿਆ ਮੈਂ ਐਡ ਕਰਾਂ, ਕਿਆ ਵਧਾਵਾਂ, ਅਤੇ ਇਹ ਵੀ ਰਾਏ ਦਿੱਤੀ ਕਰੋ ਕਿ ਅਗਲੀ ਵੀਡੀਓ ਮੇਰੀ ਕਿਹੜੀ ਚੀਜ਼ 'ਤੇ ਹੋਵੇ, ਕਿਵੇਂ ਹੋਵੇ, ਕਿਆ ਚੀਜ਼ ਮੈਂ ਬਿਹਤਰ ਕਰਾਂ। ਮੇਰੇ ਚੈਨਲ ਕੋ ਵੀ ਜ਼ਰੂਰ ਸਬਸਕ੍ਰਾਈਬ ਕਰੇ ਸੋ, ਇਵੇਂ ਪਿਆਰ ਦਿੰਦੇ ਰਹੇ ਵੈਸੋ।
ਅੱਜ ਦੀ ਇਹ ਵੀਡੀਓ ਇੱਥੇ ਹੀ ਕਰਿੰਦੂ ਖਤਮ। ਇਨਸ਼ਾਅੱਲਾ ਆਪਣੀ ਮੁਲਾਕਾਤ ਕਿਸੇ ਅਗਲੀ ਵੀਡੀਓ ਵਿੱਚ। ਉਦੋਂ ਤੱਕ ਦੁਆਇਆਂ 'ਚ ਯਾਦ ਰੱਖੇ ਸੋ।